खबर लेंदे हां श्री फतेहगढ़ साहब तो 212 बैच दी आईएएस अफसर श्रीमती सुरभी मलिक ने अज श्री फतेहगढ़ साहब दे जिला दे डिप्टी कमिश्नर वालों कार्यभार संभाल लिया है। इस तो पहला ओ एसडीएम नंगल, एडीसी रूपनगर, एडीसी डी लुधियाणा अते वधीकी कमिश्नर म्यूनसिपल कारपोरेशन लुधियाणा रह चुके ने। श्रीमती सुरभी मलिक श्री फतेहगढ़ साहब जिले के डिप्टी कमिश्नर वजो अहुदा संभालण तो पहला रजिंदरा होस्पिटल पटियाला के कोविड केयर सेंटर के इंचार्ज वजो भी लगातार 11 महीने तो बखूबी अपनी सेवावां निभा रहे सन। इस दे नाल ही उन्होंने पटियाला विकास अथॉरिटी के मुख प्रशासक वजो भी कार्यभार संभालिया। इस दे नाल ही महाराजा भुपिंदर सिंह पंजाब स्पोर्ट्स यूनीवर्सिटी के रजिस्ट्रार वजो भी उन्होंने शानदार काम किया है। श्रीमती सुरभी मलिक नूं लाल बहादुर शास्त्री नैशनल अकादमी आफ एडमिनिस्ट्रेशनल मंसूरी तो मैनेजमेंट विषय च डायरेक्टर गोल्ड मैडल भी प्राप्त किया है। जिले के डिप्टी कमिश्नर का अहुदा संभालण तो पहला ओ गुरद्वारा श्री फतेहगढ़ साहब नतमस्तक होए ते गुरु साहबाना का आशीर्वाद लिया। ਹੋਰ ਕੀ ਗੱਲਬਾਤ ਹੋਈ ਹੈ ਆਓ ਸੁਣਦੇ ਹਾਂ। ਅੱਜ 3 ਤਰੀਕ ਨੂੰ ਮੈਂ ਬਤੌਰ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਜੁਆਇਨ ਕੀਤਾ ਹੈ ਅਤੇ ਇੱਥੇ ਇਹ ਮੇਰਾ ਪਹਿਲਾ ਜ਼ਿਲ੍ਹਾ ਹੈ ਅਤੇ ਸ਼ਹੀਦਾਂ ਦੀ ਧਰਤੀ 'ਤੇ ਆ ਕੇ ਮੈਂ ਵਾਕਈ ਧੰਨ ਹੈਗੀ ਹਾਂ ਅਤੇ ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿ ਇੱਥੇ ਲੋਕਾਂ ਦੀ ਅਤੇ ਜ਼ਿਲ੍ਹੇ ਦੀ ਪੂਰੀ ਤਰ੍ਹਾਂ ਸੇਵਾ ਕਰਾਂ। ਸਰ ਇਸ ਤੋਂ ਪਹਿਲਾਂ ਕਿੱਥੇ ਸੀ ਡਿਊਟੀ? ਇਸ ਤੋਂ ਪਹਿਲਾਂ ਮੈਂ ਚੀਫ ਐਡਮਿਨਿਸਟ੍ਰੇਟਿਵ ਪਟਿਆਲਾ ਡਿਵੈਲਪਮੈਂਟ ਅਥਾਰਟੀ ਸੀ ਪਟਿਆਲਾ ਪੋਸਟਿੰਗ ਸੀ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਹਰਵਿੰਦਰ ਸਿੰਘ ਮੰਗਾ ਦੀ ਰਿਪੋਰਟ। ਫ੍ਰੀ ਲੀਫ ਆਯੁਰਵੈਦਿਕ ਆਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ ਜਿਵੇਂ ਗਠੀਆ, ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ, ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ, ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ। ਫ੍ਰੀ ਰਿਲੀਫ ਵਿਜ਼ੀਲੈਕਸ ਵੇਟ ਲੂਸ, ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਵਜ਼ਨ ਘਟਾਓ ਅਤੇ ਖੁਸ਼ ਹੋ ਜਾਓ। ਫ੍ਰੀ ਰਿਲੀਫ ਪਾਵਰ, ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਅਤੇ ਨਰਕ ਭਰੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਰੌਣਕ। ਫ੍ਰੀ ਰਿਲੀਫ ਪਾਵਰ, ਕਬਜ਼ ਤੋਂ ਪਰੇਸ਼ਾਨ ਹੋਣ ਦੀ ਹੁਣ ਜ਼ਰੂਰਤ ਨਹੀਂ ਹੈ, ਕਬਜ਼ ਤੋਂ ਛੁਟਕਾਰਾ ਪਾਉਣ ਲਈ ਆ ਗਿਆ ਕਬਜ਼ ਹਰ ਚੂਰਨ। ਕਬਜ਼ ਹਰ ਚੂਰਨ ਨੂੰ ਅਪਣਾਓ ਅਤੇ ਕਬਜ਼ ਤੋਂ ਛੁਟਕਾਰਾ ਪਾਓ। ਹੁਣ ਤੱਕ ਲੱਖਾਂ ਮਰੀਜ਼ ਲੈ ਚੁੱਕੇ ਨੇ ਫਾਇਦਾ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ 9478484087। ਨੰਬਰ ਇੱਕ ਵਾਰ ਫਿਰ ਤੁਸੀਂ ਨੋਟ ਕਰ ਸਕਦੇ ਹੋ 9478484087।